ਲੁਧਿਆਣਾ ਦੇ ਸਰਕਾਰੀ ਲੜਕਿਆਂ ਦੇ ਕਾਲਜ ਦੇ ਬਾਹਰ ਉੱਥੇ ਪੜ੍ਹਾਉਣ ਵਾਲੇ ਗੈਸਟ ਫੈਕਲਟੀ ਅਧਿਆਪਕਾਂ ਵੱਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਸਰਕਾਰੀ ਕਾਲਜਾਂ ਦੇ ਵਿੱਚ ਆਪਣੀ ਸੇਵਾ ਬਤੌਰ ਗੈਸਟ ਫੈਕਲਟੀ ਦੇ ਰਹੇ ਨੇ। ਸਰਕਾਰ ਹੁਣ ਨਵੇਂ ਲੈਕਚਰਾਰਾਂ ਦੀ ਭਰਤੀ ਕਰ ਰਹੀ ਹੈ, ਜਦਕਿ ਉਹ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਉਹਨਾਂ ਕਾਲਜਾਂ ਵਿੱਚ ਲੰਬੇ ਸਮੇਂ ਤੋਂ ਗੈਸਟ ਫੈਕਲਟੀ ਦੇ ਤੌਰ 'ਤੇ ਬੱਚਿਆਂ ਨੂੰ ਪੜ੍ਹਾ ਰਹੇ ਨੇ ਅਤੇ ਉਹਨਾਂ ਦੀ ਸੁਣਵਾਈ ਹੁਣ ਨਹੀਂ ਹੋ ਰਹੀ ਹੈ। ਉਹਨਾਂ ਨੂੰ ਪੱਕਾ ਲੈਕਚਰਾਰ ਨਹੀਂ ਕੀਤਾ ਗਿਆ, ਜਿਸ ਦੇ ਰੋਸ ਵਜੋਂ ਪੂਰੇ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਬਾਹਰ ਗੈਸਟ ਫੈਕਲਟੀ ਲੈਕਚਰਾਰ ਵੱਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਸਰ, ਮੈਂ ਪ੍ਰੋਫੈਸਰ ਬਲਜਿੰਦਰ ਸਿੰਘ, ਐੱਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਦਾ ਬੋਲ ਰਿਹਾ ਗਾ, ਅਤੇ ਅੱਜ ਅਸੀਂ ਇੱਕ ਦਿਨ ਦਾ ਰੋਸ ਪ੍ਰਦਰਸ਼ਨ ਕਰ ਰਹੇ ਹੈਗੇ ਹਾਂ। ਸਾਰੇ ਹੀ ਗੈਸਟ ਵਿਕਲਰੀ ਜੋ ਪੰਜਾਬ ਜੋ ਹੈ, ਸਾਰੇ ਸਰਕਾਰੀ ਕਾਲਜਾਂ ਦੇ ਵਿੱਚ ਇੱਕ ਦਿਨ ਦਾ ਰੋਸ ਪ੍ਰਦਰਸ਼ਨ ਕਰ ਰਹੇ ਹੈ। ਇਸ ਰੋਸ ਪ੍ਰਦਰਸ਼ਨ ਦੀ ਵਜ੍ਹਾ ਹੈ ਪੰਜਾਬ ਸਰਕਾਰ। ਪੰਜਾਬ ਸਰਕਾਰ ਨੇ ਪਿਛਲੇ ਕੁਝ ਸਮੇਂ ਦੇ ਵਿੱਚ ਇੱਕ ਭਰਤੀ ਕੱਢੀ ਸੀ ਜੋ 2021 ਦੇ ਵਿੱਚ ਆਈ ਸੀ, ਜਿਸ ਨੂੰ ਹਾਈ ਕੋਰਟ ਦੇ ਵਿੱਚ ਸਾਡੇ ਵੱਲੋਂ ਚੈਲੇਂਜ ਕੀਤਾ ਗਿਆ ਸੀ ਅਤੇ ਉਸ ਭਰਤੀ ਨੂੰ ਅਸੀਂ ਬਕਾਇਦਾ ਹਾਈ ਕੋਰਟ ਦੇ ਵਿੱਚ ਜਿੱਤ ਚੁੱਕੇ ਸੀ ਅਤੇ ਉਦੋਂ ਇਹ ਸਰਕਾਰ ਸੱਤਾ ਦੇ ਵਿੱਚ ਨਹੀਂ ਆਈ ਸੀ ਅਤੇ ਉਦੋਂ ਇਹ ਸਰਕਾਰ ਇਹੀ ਕਹਿ ਰਹੀ ਸੀ ਕਿ ਹਾਂਜੀ ਇਹ ਭਰਤੀ ਬਹੁਤ ਹੀ ਇਲੀਗਲ ਤਰੀਕੇ ਨਾਲ ਹੋਈ ਹੈ, ਇਹਦੇ ਵਿੱਚ ਕੋਈ ਬਹੁਤ ਸਾਰੇ ਘਪਲੇ ਨੇ। ਪਰ ਜਿਸ ਤਰ੍ਹਾਂ ਹੀ ਸਰਕਾਰ ਇਸ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਉਹ ਸਰਕਾਰ ਕਹਿੰਦੀ ਹੈ ਨਹੀਂ ਜੀ ਇਹ ਤਾਂ ਭਰਤੀ ਬਹੁਤ ਵਧੀਆ, ਇਹਦੇ ਇਹਨੇ ਸਾਰੇ ਰੂਲ ਐਂਡ ਰੈਗੂਲੇਸ਼ਨ ਯੂ ਜੀ ਸੀ ਦੇ ਜਿਹੜੇ ਹੈਗੇ ਫੁੱਲਫਿਲ ਕੀਤੇ ਆ, ਬਟ ਉਹਦੇ ਯੂ ਜੀ ਸੀ ਦੇ ਰੂਲਾਂ ਨੂੰ ਓਵਰਕਮ ਕਰਦੇ ਹੋਏ ਇਹਨਾਂ ਨੇ ਉਸੇ ਜਿਹੜਾ ਕੇਸ ਅਸੀਂ ਆਲਰੇਡੀ ਜਿੱਤ ਚੁੱਕੇ ਸੀਗੇ ਇਹਨੂੰ ਡਬਲ ਬੈਂਚ 'ਤੇ ਲਗਾ ਦਿੱਤਾ ਅਤੇ ਡਬਲ ਬੈਂਚ 'ਤੇ ਲਗਾ ਕੇ ਸਰਕਾਰ ਨੇ ਪੂਰੀ ਸਪੋਰਟ ਕਰਕੇ ਇਸ ਇਲੀਗਲ ਭਰਤੀ ਨੂੰ ਕੀ ਹੈ ਜਾਇਜ਼ ਠਹਿਰਾਇਆ। ਤਾਂ ਉਹ ਜਾਇਜ਼ ਠਹਿਰਾਉਣ ਤੋਂ ਬਾਅਦ ਇਹਨਾਂ ਨੂੰ ਸ਼ਨੀਵਾਰ ਦੀ ਰਾਤ ਨੂੰ 9:30 ਜੋ ਹੈ ਕੈਂਡੀਡੇਟ ਸਿਲੈਕਟਡ ਹੋਏ ਸੀਗੇ ਉਹਨਾਂ ਨੂੰ ਕਾਲਾਂ ਕੀਤੀਆਂ ਜਾਂਦੀਆਂ, ਉਹਨਾਂ ਨੂੰ ਮੇਲ ਕੀਤਾ ਜਾਂਦੀ ਹੈ ਕਿ ਤੁਸੀਂ ਆਓ ਅਤੇ ਆਪਣੀ ਇਮੀਡੀਏਟਲੀ ਜੁਆਇਨਿੰਗ ਕਰੋ। ਗਵਰਨਮੈਂਟ ਕਾਲਜ ਤੋਂ ਮੇਰਾ ਜ਼ੂਲੋਜੀ ਡਿਪਾਰਟਮੈਂਟ ਤੋਂ ਮੈਂ ਗੱਲ ਕਰ ਰਿਹਾ, ਐਂਡ ਸਾਡਾ ਜਿਹੜਾ ਬੇਸਿਕ ਮਤਲਬ ਮੰਗਾਂ ਨੇ ਸਾਡੀਆਂ ਉਹ ਇਹ ਆ ਕਿ 2021 ਦੇ ਵਿੱਚ ਭਰਤੀ ਕੱਢੀ ਗਈ ਸੀ ਕਾਂਗਰਸ ਸਰਕਾਰ ਵੱਲੋਂ, ਅਤੇ ਉਹਦੇ ਵਿੱਚ ਜਿਹੜੀ ਹੈਗੀ ਆ ਜਦੋਂ ਭਰਤੀ ਹੋਈ ਸੀ ਤਾਂ ਉਹਦੇ ਵਿੱਚ ਉਹ ਜਿਹੜੀ ਭਰਤੀ ਸੀ ਉਹ ਚੈਲੰਜ ਹੋਈ ਸੀ ਹਾਈ ਕੋਰਟ ਦੇ ਵਿੱਚ। ਜਦੋਂ ਹਾਈ ਕੋਰਟ ਦੇ ਵਿੱਚ ਉਹ ਭਰਤੀ ਚੈਲੰਜ ਹੋਈ ਤਾਂ ਉਸ ਤੋਂ ਬਾਅਦ ਗਵਰਨਮੈਂਟ ਚੇਂਜ ਹੋ ਗਈ ਸੀ, ਉਸ ਤੋਂ ਬਾਅਦ ਆਪਣੇ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਆ ਉਹ ਸੱਤਾ ਦੇ ਵਿੱਚ ਆਈ, ਅਤੇ ਉਸ ਤੋਂ ਬਾਅਦ ਅਸੀਂ ਅਗਸਤ 2022 ਦੇ ਵਿੱਚ ਜਿਹੜਾ ਉਹ ਭਰਤੀ ਸੀਗੀ ਉਹ ਰੱਦ ਕਰ ਦਿੱਤੀ ਗਈ ਹਾਈ ਕੋਰਟ ਦੇ ਵਿੱਚ। ਅਸੀਂ ਸਿੰਗਲ ਬੈਂਚ ਦੇ ਉੱਪਰ ਜਿਹੜਾ ਉਹ ਕੇਸ ਆ ਉਹ ਜਿੱਤ ਚੁੱਕੇ ਸੀ, ਅਤੇ ਦੈਨ ਉਸ ਤੋਂ ਬਾਅਦ ਜਿਹੜੀ ਇਹ ਆਪ ਸਰਕਾਰ ਆ ਇਹਨਾਂ ਨੇ ਮਤਲਬ ਉਸ ਭਰਤੀ ਨੂੰ ਜਾਂ ਜਿੱਦਾਂ ਵੀ ਆਪਾਂ ਕਹਿ ਸਕਦੇ ਹਾਂ ਕਿ ਡਬਲ ਬੈਂਚ ਦੇ ਉੱਪਰ ਫਿਰ ਇਹ ਜਿਹੜਾ ਕੇਸ ਆ ਉਹ ਪਹੁੰਚਿਆ, ਅਤੇ ਡਬਲ ਬੈਂਚ ਦੇ ਉੱਪਰ ਜਿਹੜਾ ਹੈਗਾ ਆ ਅਸੀਂ ਕੇਸ ਹਾਰੇ ਹਾਂ। ਸੋ ਦੈਨ ਉਸ ਤੋਂ ਬਾਅਦ ਜਿਹੜੀਆਂ ਇਹ ਭਰਤੀਆਂ ਹੈਗੀਆਂ ਨੇ ਉਹ ਦੁਬਾਰਾ ਮਤਲਬ ਜਿਹੜੀਆਂ ਹੈਗੀਆਂ ਨੇ ਜੁਆਇਨਿੰਗਸ ਜਿਹੜੀਆਂ ਨੇ ਇਹਨਾਂ ਨੂੰ ਦਿੱਤੀਆਂ ਗਈਆਂ ਨੇ। ਸੋ ਜਿਹੜੀਆਂ ਜੁਆਇਨਿੰਗਸ ਦਾ ਜਿਹੜਾ ਪ੍ਰੋਸੀਜਰ ਅਸੀਂ ਕਹਿ ਰਹੇ ਹਾਂ, ਪ੍ਰੋਸੀਜਰ ਸਾਡੇ ਕੋਲ ਬੇਸਿਕ ਹੀ ਹੈ ਕਿ ਜਿਹੜੀਆਂ ਇਹਨਾਂ ਦੇ ਜੁਆਇਨਿੰਗਸ ਨੇ ਜਿਹੜੇ 11-58 ਲੈਕਚਰਾਰ ਜਿਹੜੇ ਹੈਗੇ ਨੇ ਇਹਨਾਂ ਨੂੰ ਰਾਤ ਦੇ ਟਾਈਮ ਦੇ ਉੱਪਰ ਜੁਆਇਨ ਕਰਵਾਇਆ ਗਿਆ। ਹਾਲਾਂਕਿ ਆਪਾਂ ਦੇਖਦੇ ਹਾਂ ਕਿ ਬਾਕੀ ਡਿਪਾਰਟਮੈਂਟਸ ਦੇ ਵਿੱਚ ਜਿਹੜੀਆਂ ਜੁਆਇਨਿੰਗਸ ਨੇ ਉਹ ਪ੍ਰੋਪਰ ਟਾਈਮ ਦੇ ਵਿੱਚ ਡੇ ਟਾਈਮ ਦੇ ਉੱਪਰ ਹੁੰਦੀਆਂ ਨੇ। ਸੋ ਇੱਕ ਤਾਂ ਜਿਹੜਾ ਕੁਐਸਚਨ ਇੱਕ ਆਪਣੇ ਮਾਈਂਡ ਦੇ ਵਿੱਚ ਇਹ ਵੀ ਆ ਰਿਹਾ ਕਿ ਰਾਤ ਦੇ ਟਾਈਮ ਦੇ ਉੱਪਰ 12 ਤੱਕ ਜਾਂ 2-3 ਤੱਕ ਜਿਹੜਾ ਹੈਗਾ ਉਹ ਜੁਆਇਨਿੰਗਸ ਕਿਉਂ ਦਿੱਤੀਆਂ ਗਈਆਂ, ਕਿਉਂਕਿ ਜੇ ਇੰਨਾ ਹੀ ਆਪਣੇ ਕੋਲ ਜਿਹੜੀਆਂ ਇਹ ਜੁਆਇਨਿੰਗ ਸੀਗੀਆਂ ਨਾ ਜਾਂ ਜੋ ਆਪਣੇ ਕੋਲ ਭਰਤੀ ਦਾ ਪ੍ਰੋਸੀਜਰ ਅਗਰ ਇੰਨਾ ਹੀ ਆਪਣੇ ਕੋਲ ਲੀਗਲ ਆ, ਸੋ ਆਪਾਂ ਨੂੰ ਜਿਹੜੀ ਹੈਗੀ ਆ ਇਹ ਥੋੜ੍ਹਾ ਜਿਹਾ ਜਿਹੜਾ ਕੁਐਸਚਨ ਆਪਾਂ ਨੂੰ ਕ੍ਰੀਏਟ ਕਰ ਰਿਹਾ ਮਾਈਂਡ ਦੇ ਵਿੱਚ। ਸਤਿ ਸ਼੍ਰੀ ਅਕਾਲ, ਮੈਂ ਹਾਂ ਹੀਨਾ ਰਾਣੀ, ਕੰਪਿਊਟਰ ਸਾਇੰਸ ਡਿਪਾਰਟਮੈਂਟ ਤੋਂ, ਐੱਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ।
ਮੈਂ ਆਪਣੀ ਪਹਿਚਾਣ ਇੱਕ ਗੈਸਟ ਫੈਕਲਟੀ ਵਜੋਂ ਦੱਸਾਂਗੀ। ਮੈਂ ਇੱਕ ਗੈਸਟ ਫੈਕਲਟੀ ਹਾਂ, ਆ ਮੇਰੇ ਸਾਥੀ ਦੋਸਤ ਮੇਰੇ ਪਿੱਛੇ ਬੈਠੇ ਨੇ, ਇਹ ਵੀ ਸਭ ਗੈਸਟ ਫੈਕਲਟੀ ਨੇ। ਤੁਸੀਂ ਦੇਖੋ ਸਾਨੂੰ 10-10, 20-20 ਸਾਲ ਇੱਥੇ ਕੰਮ ਕਰਦਿਆਂ ਨੂੰ ਹੋ ਗਏ, ਸਾਡੇ ਨਾਮ ਦੇ ਅੱਗੇ ਅੱਜ ਵੀ ਗੈਸਟ ਫੈਕਲਟੀ ਲੱਗਾ ਹੋਇਆ। ਅਤੇ ਜਿਹੜੇ ਇਹਨਾਂ ਨੇ ਕੱਲ੍ਹ ਪਰਸੋਂ ਇਸ ਤੋਂ ਪਹਿਲਾਂ ਜੋ ਭਰਤੀ ਕੀਤੀ ਹੈ ਉਹ ਪੱਕੇ ਮੁਲਾਜ਼ਮ ਬਣ ਚੁੱਕੇ ਨੇ, ਜਿਨ੍ਹਾਂ ਨੂੰ ਇਹ ਦੱਸਿਆ ਜਾ ਰਿਹਾ ਕਿ ਉਹ ਸਾਡੀ ਖਾਲੀ ਪਈ ਥਾਂ 'ਤੇ ਆਏ ਹਨ। ਅਸੀਂ ਪਹਿਲਾਂ ਹੀ 10-10, 20-20 ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਾਂ, ਪਰੰਤੂ ਹੁਣ ਸਾਨੂੰ ਖਾਲੀ ਥਾਂ ਦੱਸ ਕੇ ਇਹਨਾਂ ਨੇ ਹੋਰ ਭਰਤੀ ਕਰ ਲਈ ਹੈ। ਅਸੀਂ ਬੱਚਿਆਂ ਨੂੰ ਸਕੂਲਾਂ 'ਚ ਜਾ ਕੇ ਉਹਨਾਂ ਦੀ ਕਾਉਂਸਲਿੰਗ ਤੋਂ ਲੈ ਕੇ ਕਿ ਤੁਸੀਂ ਸਾਡੇ ਕਾਲਜ ਵਿੱਚ ਆਓ, ਅਸੀਂ ਇਹ ਕੋਰਸ ਆਫਰ ਕਰਦੇ ਹਾਂ, ਫਿਰ ਉਹਨਾਂ ਦੀਆਂ ਐਡਮਿਸ਼ਨਾਂ ਨੂੰ ਲੈ ਕੇ ਅਸੀਂ ਸਾਰੀ ਰਾਤ ਬਹਿ ਕੇ ਉਹਨਾਂ ਦੀਆਂ ਐਡਮਿਸ਼ਨਾਂ ਕਰਦੇ ਹਾਂ, ਫਿਰ ਅਸੀਂ ਕਾਲਜ ਵਿੱਚ ਉਹਨਾਂ ਦੀਆਂ ਕਲਾਸਾਂ ਲਗਾਉਂਦੇ ਹਾਂ, ਕਲਾਸਾਂ ਲਗਾ ਕੇ ਅਸੀਂ ਉਹਨਾਂ ਨੂੰ ਉਹਨਾਂ ਦੇ ਮੁਕਾਮ 'ਤੇ ਪਹੁੰਚਾਉਂਦੇ ਹਾਂ। ਉਸ ਮੁਕਾਮ 'ਤੇ ਪਹੁੰਚਾਉਣ ਤੋਂ ਬਾਅਦ ਵੀ ਸਾਨੂੰ ਅੱਜ ਇਹ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੀ ਪੋਸਟ ਜੋ ਹੈ ਉਹ ਇੱਕ ਖਾਲੀ ਪੋਸਟ ਹੈ ਔਰ ਉਸ 'ਤੇ ਇੱਕ ਭਰਤੀ ਕੀਤੀ ਗਈ ਹੈ। ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਅਸੀਂ ਬੱਚਿਆਂ ਦਾ ਭਵਿੱਖ ਬਣਾ ਸਕਦੇ ਹਾਂ, ਅਸੀਂ ਉਹਨਾਂ ਨੂੰ ਉਹਨਾਂ ਦੀ ਸੋਚੀ ਹੋਈ ਮੰਜ਼ਿਲ 'ਤੇ ਪਹੁੰਚਾ ਸਕਦੇ ਹਾਂ, ਤਾਂ ਅਸੀਂ ਆਪਣੇ ਭਵਿੱਖ ਲਈ ਵੀ ਲੜਾਂਗੇ। ਅਸੀਂ ਆਪਦਾ ਚੰਗਾ ਭਵਿੱਖ ਸਰਕਾਰ ਨਾਲ ਹਰ ਤਰ੍ਹਾਂ ਦੀ ਲੜਾਈ ਲੜ ਕੇ ਲੈ ਕੇ ਰਹਾਂਗੇ। ਲੁਧਿਆਣਾ ਲਾਈਵ ਤੇ ਰਹੀ ਅਮਿਤ ਥਾਪੜ ਦੀ ਰਿਪੋਰਟ।